ਸਤਵਾਰੀ ਮੋੜ ਦੇ ਉੱਤੇ ਜਿਹੜੀ ਸਬਜ਼ੀ ਦੀ ਮੰਡੀ ਲੱਗੀ ਸੀ ਰਾਤ ਨੂੰ ਲਗਭਗ 3 ਵਜੇ ਦੇ ਕੋਲ ਵਿਚਾਰੇ ਕਹਿ ਰਹੇ ਨੇ ਕਿ ਇੱਥੇ ਕੋਈ ਆ ਕੇ ਅੱਗ ਲਾ ਕੇ ਗਿਆ ਇਹ 3 ਦੁਕਾਨਾਂ ਨੇ ਇਹਦੇ ਵਿੱਚ ਵੀ ਅੱਗ ਲੱਗ ਗਈ ਔਰ ਉਹ ਦੇਖੋ ਥੋੜ੍ਹਾ ਜਿਹਾ ਗੈਪ ਹੈ ਗੈਪ ਤੋਂ ਅੱਗੇ ਜਿਹੜੀਆਂ ਰੇਹੜੀਆਂ ਨੇ ਉੱਥੇ ਵੀ ਆ ਲੱਗ ਗਈ ਇਹ ਬਿਜਲੀ ਦੇ ਸ਼ਾਟ ਨਾਲ ਇਹ ਲੱਗ ਨਹੀਂ ਲੱਗ ਸਕਦੀ ਨਵਰਾਤਰਿਆਂ ਵਿੱਚ ਵਿਚਾਰਿਆਂ ਨੇ ਇੰਨਾ ਫਰੂਟ ਸਟਾਇਆ ਸੀ ਇੰਨੀਆਂ ਸਬਜ਼ੀਆਂ ਸਭ ਦਾ ਬੇੜਾ ਗਰਕ ਹੋ ਗਿਆ ਵਿਚਾਰੇ ਲਗਭਗ 3 ਵਜੇ ਦੇ ਕਰੀਬ ਲੱਗੀ ਅੱਗ ਪਾਪਾ ਜੀ 1:30 ਵਜੇ ਕੋਈ ਅੱਗ ਲਾਈ ਹੈ ਅੱਛਾ ਅਗਰ ਅੱਗ ਲੱਗਣੀ ਹੁੰਦੀ ਚਲੋ ਤਾਰ ਸੰਗਟ ਹੁੰਦਾ ਤੇ ਇੱਥੇ ਲੱਗਣੀ ਅੱਗ ਉਹ ਇਕੱਲੀ ਫੜੀ ਅੱਗੇ ਰੇੜੀ ਹਾਂ ਉੱਥੇ ਅੱਗ ਗਿਰੀ ਉੱਥੇ ਕਿੱਦਾਂ ਅੱਗ ਚੱਲ ਗਈ ਕਿਸੇ ਨੇ ਸ਼ਰਾਰਤ ਕੀਤੀ ਇਹ ਗਿੱਲੀ ਸਬਜ਼ੀ ਹੁੰਦੀ ਹੈ ਇਹਦੇ ਜਰੂਰ ਕਿਸੇ ਨੇ ਪੈਟਰੋਲ ਪਰਾਲ ਸੁੱਟ ਕੇ ਤੋਂ ਅੱਗ ਲਾਈ ਹੈ ਗਰੀਬ ਬੰਦਾ ਸਾਰਿਆਂ ਟੱਬਰ ਬੜਾ ਬੱਚੇ ਬੜਾ ਦੇ ਤੂੰ ਕੀ ਕਰੇਗਾ ਬੰਦਾ ਇਹ ਲੱਖਾਂ ਰੁਪਿਆ ਦਾ ਨਰਾਤਿਆਂ ਵਿੱਚ ਲੱਖਾਂ ਰੁਪਿਆ ਦਾ ਬੰਦਾ ਕਰੋੜਾਂ ਰੁਪਿਆ ਦਾ ਸਮਾਨ ਇੱਕ ਦੁਕਾਨ ਪਰ ਲੱਖ ਲੱਖ ਰੁਪਏ ਦਾ ਸਮਾਨ ਇਹਦੇ 10 ਤੋੜੇ ਆਲੂ ਹੀ 10 ਤੋੜੇ ਪਿਆਜ਼ ਹੀ ਤੇ ਪਿਆ ਮੇਰਾ ਓਏ ਹੋਏ ਲਸਣ ਦਾ ਤੋੜਾ ਕੰਪਿਊਟਰ ਗੰਡਾ ਮਾਈ ਗੋਡ ਸਭ ਪਸਮ ਹੋਈ ਹੈ ਉਹ ਦੇਖੋ ਤਿੰਨ ਦੁਕਾਨਾਂ ਵੀ ਹੈ ਇਹਨਾਂ ਦਾ ਬੇੜਾ ਗਰਕ ਹੋ ਜੇ ਇਹਨਾਂ ਨੇ ਰੋਜੀ ਕੇ ਦੇਣੀ ਹੈ ਇਹ ਤਾਂ ਜਿਹੜੇ ਵਿਚਾਰੇ ਆਪਣੀ ਮਿਹਨਤ ਕਰਕੇ ਦਿਨ ਰਾਤ ਪਹਿਲੇ ਕਰੋਨਾ ਖਾ ਗਿਆ ਤੇ ਮਗਰੂ ਇਹ ਦੇਖੋ ਇੰਨਾ ਮਹਿੰਗਾ ਮਾਈ ਗੋਡ ਸਾਡਾ ਦੇਖ ਕੇ ਦਿਲ ਟੁੱਟ ਰਿਹਾ ਤੇ ਤੁਹਾਡਾ ਤਾਂ ਵਿਚਾਰਿਓ ਇੱਕ ਚੁਆਨੀ ਚੁਆਨੀ ਕਰਕੇ ਕਮਾਉਣਾ ਹੈ ਇੱਕ ਪਾਈਆ ਪਾਈਆ ਕਰਕੇ ਕਮਾਉਣਾ 50,000 ਰੁਪਏ ਨੁਕਸਾਨ ਹੋਇਆ ਮੇਰਾ ਉਹ ਮਾਰਾ 10-20,000 ਦੀ ਤਾਂ ਰੇੜੀ ਬਣਦੀ ਅੱਜ ਤੱਕ ਬਿਲਕੁਲ